A very good morning to my dear students. Today we are going to start with the next topic of chapter number Second, that is the methods of data collection or modes of data collection. In the previous lecture, we learned about primary and secondary data. si now in today's lecture, how data is collected data collection collectiondeya, we are going to study about it now, ਡਾਟਾ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਇਨ ਸਟੈਟਿਸਟਿਕਸ ਸਟੈਟਿਸਟਿਕਸ ਦੇ ਵਿੱਚ ਫਰਸਟ ਸਟੈਪ ਜਿਹੜਾ ਸਭ ਤੋਂ ਫੋਰਮੋਸਟ ਜਿਹਦੇ ਤੋਂ ਸਾਰੀ ਹੀ ਐਨਾਲਿਸਿਸ ਜਿੰਨਾ ਤੋਂ ਸਾਰਾ ਹੋਏਗਾ 댓 ਇਜ਼ ਦਾ ਡਾਟਾ ਕਲੈਕਸ਼ਨ ਸੋ ਡਾਟਾ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਇਨ ਸਟੈਟਸ ਨਾਓ ਦਾ ਪਰਪਸ ਆਫ ਆਸਕਿੰਗ ਕੁਐਸਚਨ ਇਜ਼ ਟੂ ਡੂ ਸਰਵੇ ਫਾਰ ਕਲੈਕਟਿੰਗ ਡਾਟਾ ਉਹ ਕਹਿੰਦੇ ਜਦੋਂ ਵੀ ਅਸੀਂ ਕੁਐਸਚਨਸ ਪੁੱਛਦੇ ਹੈਗੇ ਆ ਸਰਵੇਸ ਦੇ ਵਿੱਚ ਮੇਨ ਮੋਟਿਵ ਬਿਹਾਈਂਡ ਆਸਕਿੰਗ 댓 ਕੁਐਸਚਨ ਇਜ਼ ਕਲੈਕਸ਼ਨ ਆਫ ਡਾਟਾ ਕਿ ਅਸੀਂ ਡਾਟਾ ਜਿਹੜਾ ਕਲੈਕਟ ਕਰਨਾ ਚਾ responses of the respondents now there are three basic ways of collecting data collecting data there three basic ways again first is the personal interview khud interview jaake assi karange second is mailing questionnaire assi question airs jehde hege ne oh assi mail karange kinna nu respondents nu and third is the telephone interviews assi telephonically jehdi hegi hai interviews lavange kinna de respondents de ਫਰਸਟ ਗੱਟ ਇਟ ਇਜ਼ ਦਾ ਪਰਸਨਲ ਇੰਟਰਵਿਊ ਪਰਸਨਲ ਇੰਟਰਵਿਊ ਦੇ ਵਿੱਚ ਸਪੈਸ਼ਲੀ ਜਿਹੜਾ ਇਨਵੈਸਟੀਗੇਟਰ ਹੈ ਹੀ ਹਿਮਸੈਲਫ ਕੰਟੈਕਟ ਦਾ ਰਿਸਪੌਂਡੈਂਟਸ ਰਿਸਪੌਂਡੈਂਟਸ ਨੂੰ ਖੁਦ ਕੰਟੈਕਟ ਕਰਦਾ ਹੈ ਔਰ ਫੇਸ ਟੂ ਫੇਸ ਜਾ ਕੇ ਉਹਦੇ ਕੋਲੋਂ ਜਿੰਨੇ ਵੀ ਕੁਐਸਚਨਸ ਹੈਗੇ ਨੇ ਉਹ ਪੁੱਛਦੇ ਹੈਗੇ ਨੇ ਸੋ ਪਰਸਨਲ ਇੰਟਰਵਿਊ ਵਿੱਚ ਕੀ ਹੁੰਦਾ ਥਿਸ ਮੈਥਡ ਇਜ਼ ਯੂਜ਼ਡ ਵੈਨ ਇਨਵੈਸਟੀਗੇਟਰ ਹੈਜ਼ ਅਸੈਸ ਟੂ 올 ਮੈਂਬਰਸ ਦੇਖੋ ਇਨਵੈਸਟੀਗੇਟਰ ਨੇ ਜਾ ਕੇ ਖੁਦ ਪੁੱਛਣਾ ਹੈਗਾ ਇਹ ਉਹਦੇ ਕੋਲੋਂ ਰਿਸਪੌਂਡੈਂਟ ਕੋਲੋਂ ਜੇ ਇਨਵੈਸਟੀਗੇਟਰ ਨੂੰ ਸਾਰੇ ਮੈਂਬਰ ਜਿੰਨਾ ਕੋਲੋਂ ਉਹਨੇ ਕੁਐਸਚਨਸ ਪੁੱਛਣੇ ਹੈਗੇ ਉਹਨਾਂ ਦੀ ਅਸੈਸ ਹੋਏਗੀ ਉਹਨਾਂ ਦਾ ਪਤਾ ਹੋਏਗਾ ਉਦੋਂ ਉਹਨਾਂ ਕੋ ਜਾਏਗਾ ਐਂਡ ਕੰਡਕਟ ਫੇਸ ਟੂ ਫੇਸ ਇੰਟਰਵਿਊ ਵਿਦ ਦਾ ਰਿਸਪੌਂਡੈਂਟ ਇਹਦਾ ਮਤਲਬ ਜਾ ਕੇ ਉਹਨਾਂ ਨਾਲ ਫੇਸ ਟੂ ਫੇਸ ਇੰਟਰਵਿਊ ਕਰੇਗਾ ਨਾਓ ਇਹਦੇ ਐਡਵਾਂਟੇਜਸ ਕੀ ਹੈਗੇ ਨੇ ਇਸ ਮੈਥਡ ਦੇ ਕਿ ਕੀ ਕੀ ਫਾਇਦੇ ਹੈਗੇ ਨੇ ਫਸਟ ਇਜ਼ ਹਾਈएस्ट ਰਿਸਪੌਂਸ ਰੇਟ ਬਿਕੋਜ਼ ਇਨਵੈਸਟੀਗੇਟਰ ਨੇ ਖੁਦ ਜਾ ਕੇ ਰਿਸਪੌਂਡੈਂਟ ਕੋਲੋਂ ਇਨਫੋਰਮੇਸ਼ਨ ਲੈਣੀ ਹੈ ਸੋ ਰਿਸਪੌਂਸ ਰੇਟ ਬਹੁਤ ਹਾਈ ਹੁੰਦਾ ਬਿਕੋਜ਼ ਆ ਕੁਐਸ਼ਨਸ ਉਹਨਾਂ ਦੇ ਅਕੋਰਡਿੰਗ ਰਿਸਪੌਂਡੈਂਟ ਦੇ ਜਿਹੜੀ ਰਿਐਕਸ਼ਨਸ ਆ ਉਹਦੇ ਅਕੋਰਡਿੰਗ ਉਹ ਚੇਂजेस ਕਰਦਾ ਰਹੇਗਾ ਸੋ ਹਾਈएस्ट ਰਿਸਪੌਂਸ ਰੇਟ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਰਿਸਪੌਂਡੈਂਟ ਕੋਲੋਂ ਐਕਸਟ੍ਰੈਕਟ ਕਰ ਹੀ ਲੈਂਦਾ ਸੋ ਰਿਸਪੌਂਸ ਰੇਟ ਇਹਦੇ ਵਿੱਚ ਬਹੁਤ ਹਾਈ ਹੁੰਦਾ ਨੈਕਸਟ ਇਜ਼ ਅਲੋ ਆਲ ਟਾਈਪਸ ਆਫ ਕੁਐਸਚਨਸ ਹੁਣ ਜਦੋਂ ਤੁਸੀਂ ਰਿਸਪੋਂਡੈਂਟ ਦੇ ਕੋਲ ਜਾ ਕੇ ਸਪੈਸ਼ਲੀ ਫੇਸ ਟੂ ਫੇਸ ਇੰਟਰਵਿਊ ਕਰੋਗੇ ਸੋ ਇਹਦੇ ਵਿੱਚ ਬਾਉਂਡੇਸ਼ਨ ਨਹੀਂ ਹੁੰਦੀ ਇਨਵੈਸਟੀਗੇਟਰ ਕੁਐਸਚਨਸ ਜਿਹੜੇ ਹੈਗੇ ਨੇ ਓਪਨ ਐਂਡ ক্লোਜ਼ਡ ਐਂਡ ਹਰ ਇੱਕ ਤਰੀਕੇ ਦੇ ਕੁਐਸਚਨਸ ਜਿਹੜਾ ਹੈਗਾ ਉਹ ਪੁੱਛ ਲੇਗਾ ਕਿਹਦੇ ਕੋਲੋਂ ਰਿਸਪੋਂਡੈਂਟਸ ਹੋ ਸੋ ਇਟ ਹੈਲਪਸ ਇਨ ਅਲੋਇੰਗ ਆਲ ਟਾਈਪਸ ਆਫ ਕੁਐਸਚਨਸ ਪੁਆਇੰਟ ਥਰਡ ਅਲੋਜ਼ ਕਲੀਅਰਿੰਗ ਡਾਊਟ ਰਿਗਾਰਡਿੰਗ ਕੁਐਸਚਨਸ ਹੁਣ ਉਹ ਕਹਿੰਦੇ ਕਿ ਦੇਖੋ ਜਦੋਂ ਕੁਐਸਚਨ 에ਅਰ ਦੇ ਵਿੱਚ ਜਾਂ ਕਿਸੇ ਵੀ ਕੁਐਸਚਨ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ ਰਿਸਪੋਂਡੈਂਟ ਨੂੰ ਦੇ ਆਰ ਨਾਟ ਅੰਡਰਸਟੈਂਡਿੰਗ ਦਾ मीनिंग ਆਫ ਥੈਟ ਕੁਐਸਚਨ ਸੋ ਉਹਦੇ ਨਾਲ ਕੀ ਹੋਏਗਾ ਜਿੰਨੇ ਵੀ ਕੁਐਸਚਨਸ ਦੇ ਰਿਗਾਰਡਿੰਗ ਜਿੰਨੇ ਵੀ ਡਾਊਟਸ ਹੋ ਜਾਣਗੇ ਉਹ ਸਾਰੇ ਕੇ ਕਲੀਅਰ ਕੌਨ ਕਰ ਦੇਗਾ ਇਨਵੈਸਟੀਗੇਟਰ ਰਿਸਪੋਂਡੈਂਟ ਨੂੰ ਥੈਟ ਇਜ਼ ਵਾਈ ਫਰਸਟ ਪੁਆਇੰਟ ਥੈਟ ਇਜ਼ ਹਾਈਐਸਟ ਰਿਸਪੌਂਸ ਰੇਟ ਜਿਹੜਾ ਇਹਦੇ ਵਿੱਚ ਸਾਨੂੰ ਮਿਲਦਾ ਹੈ ਨੈਕਸਟ ਇਜ਼ ਮਿਸ ਇੰਟਰਪ੍ਰੀਟੇਸ਼ਨ ਐਂਡ ਮਿਸ ਅੰਡਰਸਟੈਂਡਿੰਗ ਕੈਨ ਬੀ ਅਵੋਇਡਡ ਹੁਣ ਜਦੋਂ ਕੁਐਸਚਨਸ ਪੁੱਛਣਗੇ ਉਹਨਾਂ ਦੀ ਮਿਸ ਇੰਟਰਪ੍ਰੀਟੇਸ਼ਨ ਨਹੀਂ ਹੋਏਗੀ ਬਿਕੋਜ਼ ਇੰਟਰਪ੍ਰੀਟੇਸ਼ਨ ਨੂੰ ਕਲੀਅਰ ਕਰਨ ਵਾਸਤੇ ਇਨਵੈਸਟੀਗੇਟਰ ਹਿਮਸੈਲਫ ਇਜ਼ देयर ਸੋ ਮਿਸ ਅੰਡਰਸਟੈਂਡਿੰਗ ਤੇ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਹੈਗੀ ਅਸੀਂ ਅਵੋਇਡ ਕਰ ਸਕਦੇ ਆ ਬਾਈ ਯੂਜ਼ਿੰਗ ਦਿਸ ਮੈਥਡ ਨੈਕਸਟ ਇਜ਼ ਵਾਚਿੰਗ ਦਾ ਰਿਐਕਸ਼ਨ ਆਫ ਰਿਸਪੋਂਡੈਂਟ ਕੈਨ ਪ੍ਰੋਵਾਈਡ ਸਪਲੀਮੈਂਟਰੀ ਇਨਫੋਰਮੇਸ਼ਨ the way the respondent react jadon ohde kolo question puchhya jis tarike de naal respondent ne react kita ohde naal ki hovega ki jis jada investigator hai onu supplementary extra information mil jandi hai ki kede questions da easily answer kar dende ne respondents aur kede vich onna nu koi problem nazar aandi hai ke da onna da meaning nahi samajh lagda jede naal onna nu extra questions jadi higi hai information mil jandi regarding how to frame the questions so this method also helps in watching the reaction of respondent and can provide supplementary information. ਨੈਕਸਟ ਇਜ਼ 디ਸ ਐਡਵਾਂਟੇਜਸ ਆਫ ਦਿਸ ਮੈਥਡ ਹਰ ਇੱਕ ਮੈਥਡ ਜਿਹੜਾ ਕੰਪਲੀਟ ਨਹੀਂ ਹੁੰਦਾ ਉਹਦੇ ਵਿੱਚ ਸਰਟਨ ਡਿਸ ਐਡਵਾਂਟੇਜਸ ਹੁੰਦੇ ਹਗੇ ਨੇ ਸੋ ਡਿਸ ਐਡਵਾਂਟੇਜਸ ਇਸ ਮੈਥਡ ਦਾ ਫਰਸਟ ਕੀ ਹੈ ਮੋਸਟ ਐਕਸਪੈਂਸਿਵ ਐਜ਼ ਟ੍ਰੇਨਡ ਇੰਟਰਵਿਊਅਰਸ ਰਿਕੁਆਇਰਡ ਹੁਣ ਪਹਿਲੀ ਚੀਜ਼ ਜਿਹੜੇ ਇੰਟਰਵਿਊਅਰਸ ਹਗੇ ਨੇ ਤੁਹਾਨੂੰ ਉਹਨਾਂ ਨੂੰ ਟ੍ਰੇਨਡ ਕਰਨਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਫੇਸ ਟੂ ਫੇਸ ਰਿਸਪਾਂਡੈਂਟਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਕਨਵਿੰਸ ਕਰਨਾ ਹੈ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਸੋ ਦਿਸ ਮੈਥਡ ਇਜ਼ ਐਕਸਪੈਂਸਿਵ ਐਜ਼ ਯੂ ਹੈਵ ਟੂ ਗਿਵ ਟ੍ਰੇਨਿੰਗ ਟੂ ਨੈਕਸਟ ਇਸ ਇਟ ਟੇਕਸ ਮੋਰ ਟਾਈਮ ਐਂਡ ਲੇਬਰ ਬਿਕਾਉਜ਼ ਟੂ ਸੀ ਟਾਈਮ ਹਰ ਇੱਕ ਬੰਦੇ ਕੋਲ ਜਾਓਗੇ ਇਨਫੋਰਮੇਸ਼ਨ ਕਲੈਕਟ ਕਰੋਗੇ ਜਿਆਦਾ ਤੋਂ ਜਿਆਦਾ ਸਾਨੂੰ ਲੇਬਰ ਵੀ ਏਮਪਲੋਏ ਕਰਨੀ ਪੈਣੀ ਹੈ ਸੋ ਇਹ ਮੈਥਡ ਕੀ ਹੋ ਜਾਂਦਾ ਐਕਸਪੈਂਸਿਵ ਹੋ ਜਾਂਦਾ ਹੈ ਨੈਕਸਟ ਇਜ਼ ਇਨਫੋਰਮੈਂਟਸ ਕੈਨ ਬੀ ਇਨਫਲੂਐਂਸਡ ਬਾਈ ਦਾ ਇਨਵੈਸਟੀਗੇਟਰ ਕਹਿੰਦੇ ਕਿ ਜਦੋਂ ਇਨਫੋਰਮੈਂਟਸ ਇਨਫੋਰਮੇਸ਼ਨ ਦੇ ਰਹੇ ਹੁੰਦੇ ਨੇ ਸੋ ਚਾਂਸਸ ਇਹ ਹੈਗਾ ਕਿ ਇਨਵੈਸਟੀਗੇਟਰ ਹਿਮਸੈਲਫ ਜਿਹੜਾ ਕੁਐਸਚਨਸ ਦਾ ਆਨਸਰ ਚਾਹੁੰਦੇ ਨੇ ਆਬਜੈਕਟਿਵ ਦੇ ਵਿੱਚ ਉਹ ਇਨਫਲੂਐਂਸ ਕਰ ਸਕਦੇ ਨੇ ਇਨਵੈਸਟੀਗੇਟਰ ਨੇ ਕਿ ਯੂ ਫੋ ਗੋ ਫੋਰ ਥਿਸ ਆਨਸਰ ਸੋ ਚਾਂਸਸ ਆਰ देयर ਕਿ ਬਾਇਸ ਜੋ ਹੋ ਸਕਦੇ ਹੈਗੇ ਨੇ ਇਹਦੇ ਵਿੱਚ ਕੌਣ ਇਨਵੈਸਟੀਗੇਟਰਸ so it inhibits respondent from saying what they actually think so ye jada onna da apna jada answer hega ok de upar depend ho janda that is it can be convinced by the investigator himself so moving to the next method that is the mailing questionnaire survey hun second method jada asi karde paya oh ki hai ki asi questionnaire jade hege ne mail karde paye gaya theek hai ਇਸ ਮੈਥਡ ਦੇ ਵਿੱਚ ਕੀ ਹੋਏਗਾ ਡਾਟਾ ਇਜ਼ ਕਲੈਕਟਿਡ ਥਰੂ ਕੁਐਸਚਨਅਰ ਅਸੀਂ ਲਿਸਟ ਆਫ ਕੁਐਸਚਨਸ ਪ੍ਰਿਪੇਅਰ ਕਰਾਂਗੇ ਰਿਸਪੌਂਡੈਂਟਸ ਇਨਫੋਰਮੈਂਟਸ ਵਾਸਤੇ ਤੇ ਉਹਨਾਂ ਨੂੰ ਮੇਲ ਕਰ ਦਵਾਂਗੇ ਮੇਲ ਕਰਨ ਦੇ ਨਾਲ ਕੀ ਹੋ ਜਾਏਗਾ ਕਿ ਅਸੀਂ ਜਿਹੜੇ ਕੁਐਸਚਨਅਰਸ ਤੇ ਵਿੱਚ ਰਿਟਰਨ ਫਾਰਮ ਦੇ ਵਿੱਚ ਸਾਡੇ ਕੋਲ ਆਨਸਰਸ ਦਾ ਰਿਕਾਰਡ ਪ੍ਰੋਪਰਲੀ ਹੋ ਜਾਏਗਾ ਸੋ ਇਨ ਥਿਸ ਮੈਥਡ ਡਾਟਾ ਇਜ਼ ਕਲੈਕਟਿਡ ਥਰੂ ਕੁਐਸਚਨਅਰ 댓 ਇਜ਼ ਦ ਲਿਸਟ ਆਫ ਕੁਐਸਚਨਸ ਐਂਡ ਥੀਸ ਕੁਐਸਚਨਸ ਆਰ ਮੇਲਡ ਟੂ ਦਾ ਇਨਫੋਰਮੈਂਟਸ ਉਹਨਾਂ ਨੂੰ ਅਸੀਂ ਮੇਲ ਕਰ ਦਵਾਂਗੇ ਦਾ ਕੁਐਸਚਨਅਰ ਇਜ਼ EACH INDIVIDUAL BY MAIL ਹਰ ਇੱਕ ਕੋ ਜਿਹੜਾ ਰਿਸਪੌਂਡੈਂਟ ਹੈਗਾ ਅਸੀਂ ਉਹਨੂੰ ਮੇਲ ਕਰਾਂਗੇ ਵਿਦ ਰਿਕੁਐਸਟ ਟੂ ਕੰਪਲੀਟ ਐਂਡ ਰਿਟਰਨ ਇਟ ਬਾਈ 기ਵਨ ਡੇਟ ਉਹਦੇ ਵਿੱਚ ਅਸੀਂ ਰਿਕੁਐਸਟ ਕਰਾਂਗੇ ਕਿ ਐਨੇ ਤਰੀਕ ਤੱਕ ਤੁਸੀਂ ਭਰ ਕੇ ਇਹ ਵਾਲਾ ਡਾਟਾ ਜਿਹੜਾ ਹੈਗਾ ਉਹ ਸਾਨੂੰ ਫਿਲ ਕਰਕੇ ਪ੍ਰੋਪਰ ਕੁਐਸਚਨਅਰ ਸਾਨੂੰ ਪੇਜ ਦੋ ਸੋ ਥੀਸ ਡੇਜ਼ ਔਨਲਾਈਨ ਸਰਵੇਸ ਥ्रू SMS ਆਰ ਪਪੂਲਰ SMS ਜਾਂ ਈਮੇਲ ਸੇ ਥਰੂ ਵੀ ਅੱਜਕਲ ਜਿਹੜੇ ਹੈਗੇ ਨੇ ਔਨਲਾਈਨ ਸਰਵੇਜ਼ ਜਿਹੜੇ ਨੇ ਹੁੰਦੇ ਨੇ वन एडवांटेजेस ਕੀ ਹੈਗੇ ਨੇ ਜਦੋਂ ਅਸੀਂ ਕੁਐਸਚਨ ਇਜ਼ ਕੁਐਸਚਨਅਰਸ ਤੁਸੀਂ ਕਿੰਨਾਂ ਨੂੰ ਪੇਜ ਰਿਸਪੌਂਡੈਂਟਸ ਫਸਟ ਐਡਵਾਂਟੇਜ ਕੀ ਹੈ ਲੀਸਟ ਐਕਸਪੈਂਸਿਵ ਕਿਉਂਕਿ ਤੁਹਾਨੂੰ ਜ਼ਿਆਦਾ-ਜ਼ਿਆਦਾ ਟ੍ਰੇਨਰਸ ਨਹੀਂ ਚਾਹੀਦੇ ਇੰਟਰਵਿਊਅਰਸ ਨਹੀਂ ਚਾਹੀਦੇ ਸਿਰਫ ਤੁਸੀਂ ਮੇਲ ਕਰਨੇ ਹੈਗੇ ਨੇ ਲਿਸਟ ਆਫ ਕੁਐਸਚਨਅਰਸ ਟੂ ਦਾ ਪੀਪਲ ਸੋ ਇਹ ਬਹੁਤ ਜਿਹੜਾ ਹੈਗਾ ਐਸ ਕੰਪੇਅਰ ਟੂ ਦਾ ਪ੍ਰੀਵੀਅਸ ਵਨ ਇਹ ਕੀਗਾ ਲੀਸਟ ਐਕਸਪੈਂਸਿਵ ਹੈਗਾ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਓਨਲੀ ਮੈਥਡ ਟੂ ਰਿਮੋਟ ਏਰੀਆਸ ਇਹਦੇ ਵਿੱਚ ਜਿਹੜੇ ਰਿਮੋਟ ਏਰੀਆਸ ਜਿੱਥੇ ਰਿਸ ਇੰਟਰਵਿਊਅਰ ਖੁਦ ਨਹੀਂ ਜਾ ਸਕਦਾ ਉੱਥੇ ਪਹੁੰਚਣਾ ਕੀ ਹੋ ਜਾਏਗਾ ਆਸਾਨ ਹੋ ਜਾਂਦਾ ਕਿਉਂਕਿ ਸਿਰਫ ਤੁਹਾਡੀ ਮੇਲ ਹੀ ਜਾਣੀ ਹੈ ਇੰਟਰਵਿਊਅਰ ਹਿਮਸੈਲਫ ਇਜ਼ ਨਾਟ ਗੋਇੰਗ ਟੂ ਦਾ ਰਿਮੋਟ ਏਰੀਆਸ ਬਿਕੋਜ਼ ਉੱਥੇ ਬਾਏ ਬਾਏ ਕਾਰ ਜਾਂ ਬਾਏ ਅਸੀਂ ਰੋਡਸ ਜਾਣਾ ਮੁਸ਼ਕਿਲ ਹੋ ਜਾਂਦਾ ਕਈ ਰਿਮੋਟ ਏਰੀਆਸ 'ਚ ਉੱਥੇ ਸਾਡਾ ਜਿਹੜਾ ਹੈਗਾ ਡੈਟ ਇਜ਼ ਦਾ ਮੇਲਿੰਗ ਕੁਐਸਚਨ ਇਜ਼ ਸਰਵੇ ਇਜ਼ ਅ ਬੈਟਰ ਮੈਥਡ ਟੂ ਕਲੈਕਟ ਡੇਟਾ ਨਾਉ ਡੂ ਨਾਟ ਅਲੋ ਦਾ ਇਨਵੈਸਟੀਗੇਟਰ ਟੂ ਇਨਫਲੂਐਂਸ ਦਾ ਇਨਫੋਰਮੈਂਟ ਹੁਣ ਇਹਦੇ ਵਿੱਚ ਜਿਹੜਾ ਹੈਗਾ ਇਨਵੈਸਟੀਗੇਟਰ ਇਨਫੋਰਮੈਂਟ ਨੂੰ ਇਹ ਨਹੀਂ ਕਹਿ ਸਕਦਾ ਤੁਸੀਂ ਇਹ ਵਾਲਾ ਰਿਪਲਾਈ ਕਰੋ ਸੋ ਇਹ ਆਪਣੀ ਮਰਜ਼ੀ ਹੋਏਗੀ ਜਿਹੜਾ ਇਨਫੋਰਮੈਂਟ ਹੈ ਉਹ ਕਿਹੜਾ ਆਨਸਰ ਦੇਣਾ ਚਾਹੁੰਦਾ ਹੈਗਾ so it provides sufficient time to respondents to give the thoughtful answers hun dekho assi date onna da yani ajj tade ko agaya si kinne days tak sanu return karna hai so jehde respondent honna ko sufficient time ho janda hai ki ho response de sakan ki kinni der tak onna ne thoughtful answers je bhi jehde vi likhne open ended ya close ended de jo vi answers age ne oh sanu provide kar sate without any hesitation so next are the disadvantages disadvantages de assi gal karde paya ਕੀ ਡਿਸਐਡਵਾਂਟੇਜਸ ਕੀ ਨਜ਼ਰ ਆ ਰਹੇ ਨੇ ਸਾਨੂੰ ਇਸ ਮੈਥਡ ਦੇ ਵਿੱਚ ਪਹਿਲੀ ਗੱਲ ਇਹ ਮੈਥਡ ਸਿਰਫ ਲਿਟਰੇਟ ਪੀਪਲ ਵਾਸਤੇ ਹੋਏਗਾ ਬਿਕੋਜ਼ ਰਿਟਰਨ ਦੇ ਵਿੱਚ ਹੈਗਾ ਸੋ ਫਰਸਟ ਮੈਥਡ ਇਜ਼ ਪੋਸਿਬਿਲਟੀ ਆਫ ਮਿਸ ਅੰਡਰਸਟੈਂਡਿੰਗ ਦਾ ਕੁਐਸਚਨ ਬਿਕੋਜ਼ ਆਲ ਦਾ ਕੁਐਸਚਨਸ ਆਰ ਇਨ ਦਾ ਰਿਟਰਨ ਫਾਰਮ ਨੋਬਾਡੀ ਇਜ਼ देयर ਟੂ ਟੂ ਕਲੀਅਰ देयर ਡਾਊਟਸ ਡਾਊਟਸ ਕਲੀਅਰ ਕਰਨ ਵਾਸਤੇ ਇਨਵੈਸਟੀਗੇਟਰ ਹਿਮਸੈਲਫ ਉਥੇ ਨਹੀਂ ਹੈਗਾ ਸੋ ਪੋਸਿਬਿਲਿਟੀਜ਼ ਹੈਗੇ ਆ ਕਿ ਜਿਹੜਾ ਜਿਹੜੇ ਰਿਸਪੌਂਡੈਂਟ ਹੈਗੇ ਨੇ ਜੋ ਅਸੀਂ ਚਾਹੁੰਦੇ ਉਸ ਐਸੈਂਸ ਦੇ ਵਿੱਚ ਉਹ ਕੁਐਸਚਨ ਨੂੰ ਅੰਡਰਸਟੈਂਡ ਹੀ ਨਾ ਕਰ ਪਾ ਸੋ ਫਸਟ ਇਜ਼ ਦ ਪੋਸਿਬਿਲਿਟੀ ਆਫ ਮਿਸ ਅੰਡਰਸਟੈਂਡਿੰਗ ਦ ਕੁਐਸਚਨ ਸੈਕੰਡ ਇਜ਼ ਲੋ ਰਿਸਪੌਂਸ ਰੇਟ ਡਿਊ ਟੂ ਇਨਕੰਪਲੀਟ ਅਟੈਂਪਟ ਆਫ ਕੁਐਸਚਨਅਰ ਹੁਣ ਦੇਖੋ ਸਾਰੇ ਜਿਹੜੇ ਹੈਗੇ ਨੇ ਰਿਸਪੌਂਡੈਂਸ ਜ਼ਰੂਰੀ ਨਹੀਂ ਕਿ ਤੁਹਾਨੂੰ ਅਟੈਂਪਟ ਕਰਕੇ ਤੁਹਾਨੂੰ ਫਿਲ ਕਰਕੇ ਉਸੇ ਦੇਰ ਤੱਕ ਰਿਟਰਨ ਕਰ ਸੋ ਇਹਦੇ ਚ ਰਿਸਪੌਂਸ ਰੇਟ ਘੱਟ ਜੋ ਹੋ ਜਾਂਦਾ ਕਿਉਂਕਿ ਇਨਕੰਪਲੀਟ ਕੋ ਤੁਸੀਂ ਸਾਰੇ ਕੁਐਸਚਨ ਅਟੈਂਪਟ ਨਹੀਂ ਕੀਤੇ ਯਾ ਤੁਸੀਂ ਵਾਪਿਸ ਹੀ ਨਹੀਂ ਭੇਜਿਆ ਜਿਹੜਾ ਹੈਗਾ ਕੁਐਸਚਨਅਰ ਫਿਲ ਕਰਕੇ ਕਿੰਨੂੰ ਜਿਹੜਾ ਇੰਟਰਵਿਊਅਰ ਹੈਗਾ ਹੈ ਜਿਹੜਾ ਸਾਡਾ ਇਨਵੈਸਟੀਗੇਟਰ ਹੈ ਉਹਨੂੰ ਸੈਕੰਡ ਚੀਜ਼ ਹੋ ਸਕਦੀ ਹੈ ਕਿ ਕਿਉਂਕਿ ਮੇਲ ਦੇ ਥਰੂ ਜਾ ਰਿਹਾ ਹੈ ਕਿ ਮਾਈਟ ਬੀ ਮੇਲ ਦੇ ਵਿੱਚ ਸੋ ਮਨੀ ਕੁਐਸਚਨ ਆਰ ਅਸੀਂ ਫਿਲ ਕਰਕੇ ਭੇਜ ਰਿਹਾ ਗਿਆ ਪੈਕ ਕਰਕੇ ਭੇਜ ਰਿਹਾ ਸੋ ਚਾਂਸਸ ਆਰ देयर लॉस ਆਫ ਕੁਐਸਚਨਅਰ ਇਨ ਦਾ ਮੇਲ ਇਟਸੈਲਫ ਇਹੋ ਜੀਆਂ ਪ੍ਰੋਬਲਮਸ ਦੇ ਕਾਰਨ ਇਹਦਾ ਰਿਸਪੌਂਸ ਰੇਟ ਜਿਹੜਾ ਹੈਗਾ ਉਹ ਘਟ ਜਾਂਦਾ ਹੈ ਨੈਕਸਟ ਇਸ ਕੈਨ ਨੋਟ ਬੀ ਯੂਜ਼ਡ ਬਾਏ ਇਲੀਟਰੇਟਸ ਇਲੀਟਰੇਟਸ ਨਹੀਂ ਕਰ ਸਕਦੇ ਇਹਨਾਂ ਨੂੰ ਫਿਲ ਜਿਨ੍ਹਾਂ ਨੂੰ ਪੜੇ ਲਿਖੇ ਹੋਣਗੇ ਉਹੀ ਫਿਲ ਕਰਕੇ ਪੇਚ ਸਕਦੇ ਨੇ ਰੀਜ਼ਨ ਬੀਇੰਗ ਕਿਉਂਕਿ ਸਾਰੇ ਕੁਐਸਚਨ ਲਿਸਟ ਆਫ ਕੁਐਸਚਨਸ ਆਰ ਇਨ ਦਾ ਰਿਟਰਨ ਫਾਰਮ ਪਰਸਨਲ ਇੰਟਰਵਿਊ ਜਿੱਥੇ ਇਸ ਕੁਐਸਚਨਸ ਖੁਦ ਪੁੱਛ ਲੈਣੇ ਹੈਗੇ ਆ ਬਟ ਇਹਦੇ ਵਿੱਚ ਸਿਰਫ ਰਿਟਰਨ ਜਿਹੜੇ ਜਿਹੜੇ ਲਿਟਰੇਟਸ ਹੈਗੇ ਨੇ ਦੋਜ਼ ਆਰ ਓਨਲੀ ਕਮ ਅੰਡਰ ਦਾ ਕਲੈਕਸ਼ਨ ਆਫ ਡਾਟਾ ਦੇ ਕੈਨ ਓਨਲੀ ਐਕਟ ਐਸ ਰਿਸਪੌਂਡੈਂਟ ਸੋ ਇਲੀਟਰੇਟਸ ਜਿਹੜੇ ਹੈਗੇ ਨੇ ਉਹ ਨਹੀਂ ਇਹਦੇ ਵਿੱਚ ਕਵਰ ਹੁੰਦੇ ਜਿਹਦੇ ਨਾਲ ਸੜਕੋ So these are the two methods of the collection of data. First is the asikira gita personal interview, or the advantages and disadvantages, and second kita that is mailing questionnaire service. Thank you.